ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ ਲਈ ਚੱਲਦੇ ਹਾਂ ਕਾਦੀਆਂ ਦੱਸਣਾ ਚਾਹੁੰਦਾ ਦੋਸਤੋ ਕਿ ਜੇ ਆਪਾਂ 1984 ਦੀ ਗੱਲ ਕਰੀਏ ਤਾਂ 1984 ਦੇ ਵਿੱਚ ਬਹੁਤ ਸਾਰੀਆਂ ਜਾਨਾਂ ਚਲ ਗਈਆਂ ਜਿਨ੍ਹਾਂ ਵਿੱਚ ਬੱਚੇ ਵੀ ਸਨ ਜਵਾਨ ਵੀ ਸਨ ਔਰਤਾਂ ਵੀ ਸਨ ਬਜ਼ੁਰਗ ਵੀ ਸਨ ਔਰ ਦੋਸਤੋ ਜਦੋਂ ਵੀ 1984 ਦਾ ਉਹ ਮਤਲਬ ਦਿਨ ਯਾਦ ਆਉਂਦਾ ਤਾਂ ਸੱਚਮੁੱਚ ਲੂਮ ਕੰਡੇ ਖੜ੍ਹੇ ਹੋ ਜਾਂਦੇ ਨੇ ਲੇਕਿਨ ਸਰਕਾਰਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਰਕਾਰਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜੋ ਇਸ ਮਤਲਬ 1984 ਵਿੱਚ ਮਾਰੇ ਗਏ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕੀਤੀ ਜਾਵੇ ਅਰਦਾਸ ਕੀਤੀ ਜਾਵੇ ਔਰ ਅਸੀਂ ਸੱਚੇ ਦਿਲੋਂ ਅਰਦਾਸ ਵਿੱਚ ਲੱਗੇ ਹੋਏ ਹਾਂ ਪਰ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੇ 1984 ਦੇ ਵਿੱਚ ਇੱਕ ਬਗਾਵਤ ਕੀਤੀ ਸੀ ਆਪਣੀ ਡਿਊਟੀ ਛੱਡ ਕੇ ਉਹਨਾਂ ਨੇ ਮਤਲਬ ਪੰਥ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਸ ਸਮੇਂ ਸਾਥ ਦਿੱਤਾ ਉਹਨਾਂ ਬਾਰੇ ਕੀ ਹੋ ਰਿਹਾ ਅੱਜ ਕੱਲ੍ਹ ਉਹ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਵੇਖ ਰਹੇ ਨੇ ਜੋ ਉਹਨਾਂ ਨਾਲ ਵਾਅਦੇ ਕੀਤੇ ਨੇ ਸਰਕਾਰਾਂ ਵੱਲ ਵੇਖ ਰਹੇ ਨੇ ਔਰ ਮੇਰੇ ਨਾਲ ਧਰਮੀ ਫੌਜੀ ਜਥੇਦਾਰ ਬਖਸ਼ੀਸ਼ ਸਿੰਘ ਜੁੜੇ ਹੋਏ ਨੇ ਉਹਨਾਂ ਤੋਂ ਲੈਂਦੇ ਹਾਂ ਅਪਡੇਟ ਜਥੇਦਾਰ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਜੀ ਵਾਹਿਗੁਰੂ 1984 ਦੇ ਵਿੱਚ ਬਹੁਤ ਸਾਰੇ ਮਤਲਬ ਲੋਕ ਮਾਰੇ ਗਏ ਨੇ ਔਰ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ ਤੁਸੀਂ ਬਤੌਰ ਧਰਮੀ ਫੌਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਇਹ ਗੱਲ ਕਹਿਣਾ ਚਾਹੁੰਦਾ ਆ ਕਿ 1984 ਜਿਹੜਾ ਹੋਇਆ 1984 ਕਾਂਡ ਕਿਸੇ ਨੂੰ ਨੀ ਭੁੱਲਦਾ ਹਰ ਕੀ ਪੌੜੀ ਜਾ ਕੇ ਗੋਂਦਵਾਲ ਸਾਹਿਬ ਲੋਕੀ ਜਾਂਦੇ ਆ ਤੇ 84 ਵਾਰੀ ਪਾਠ ਕਰਦੇ ਆ ਵੀ ਸਾਡੀ 84 ਕੱਟੀ ਜਾਵੇ ਮੈਂ ਸੋਚਦਾ ਵੀ ਉਹ ਤੇ ਠੀਕ ਹੈ 84 ਕੱਟਣੀ ਇਸ਼ਨਾਨ ਕਰਨਾ ਚੰਗੀ ਗੱਲ ਆ ਪਰ ਜਿਹੜਾ ਅਕਾਲੀਆਂ ਨੇ ਇੱਕ ਬਣਾਇਆ ਨਾ ਸਟੈਂਡ ਜਿਹਾ ਵੀ 1984 ਦੇ ਜਿੰਨੇ ਸ਼ਹੀਦ ਹੋਏ ਆ ਜਾਂ ਜਿੰਨੇ ਉੱਥੇ ਆਪਣੇ ਜੇਲ੍ਹਾਂ ਦੇ ਵਿੱਚ ਸੀਗਾ ਜਾਂ ਜਿੰਨੇ ਧਰਮੀ ਫੌਜੀ ਉੱਥੋਂ ਨੌਕਰੀਆਂ ਛੱਡ ਕੇ ਭਦੋੜੇ ਹੋਏ ਆ ਉਹ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਅਰਦਾਸ ਤੇ ਘੱਟ ਕਰਦੇ ਆ ਜਿਹੜੇ ਫੌਜੀਆਂ ਦੀ ਪਰ ਇਹ ਲੌਂਗੋਵਾਲ ਜਿਹੜਾ ਪ੍ਰਧਾਨ ਬਣਿਆ ਆ ਇਹਨੇ ਹੁਣੇ ਟਵੀਟ ਕੀਤਾ ਆ ਕਿ 10 ਤਰੀਕ ਵਾਲੇ ਦਿਨ ਜਿਹੜੇ 1984 ਸ਼ਹੀਦ ਹੋਏ ਆ ਉਹਨਾਂ ਦੀ ਅਰਦਾਸ ਕੀਤੀ ਜਾਣੀ ਹੈ ਸਾਰੀ ਸੰਗਤ ਅਰਦਾਸ ਦੇ ਵਿੱਚ ਸ਼ਾਮਿਲ ਹੋਵੋ ਮੈਂ ਸੋਚਦਾ ਆ ਵੀ ਜਦੋਂ ਇਹਨਾਂ ਨੂੰ ਵੋਟਾਂ ਆਉਂਦੀਆਂ ਨੇ ਉਦੋਂ ਇਹਨਾਂ ਨੂੰ 1984 ਬੰਬਾਂ ਨਾਲ ਢਾਤਾ ਕਾਂਗਰਸ ਨੇ ਕਾਲ ਤਖ਼ਤ ਗੁਰਦੁਆਰਿਆਂ ਚ ਬੇਅਦਬੀ ਕੀਤੀ ਪਰ ਜਿਹੜੀ ਆਹ ਜਿਹੜੀ ਬੇਅਦਬੀ ਹੋਈ ਹੈ ਆਪਣੇ ਇੱਥੇ ਵਡਗਿਆਰੀ ਜਾਂ ਜਿਹੜੀ ਆਪਣੇ ਇੱਥੇ ਕੋਟਕਪੂਰੇ ਗੋਲੀ ਚੱਲੀ ਹੈ ਇਹ ਬੇਅਦਬੀ ਨਹੀਂ ਹੈ ਇਹ ਤੇ ਸਾਹਮਣੇ ਲੋਕਾਂ ਨੇ ਵੇਖਿਆ ਆ ਚਲੋ 1984 ਦੇ ਵਿੱਚ ਤੇ ਜਿਹੜੇ ਦਿੱਲੀ ਦੇ ਵਿੱਚ ਦੰਗੇ ਹੋਏ ਜਾਂ ਕਾਨਪੁਰ ਦੰਗੇ ਹੋਏ ਉਹ ਤੇ ਆਪਾਂ ਮੇਰਾ ਖਿਆਲ ਹੈ 84 ਵਾਲੇ ਤੇ ਭੁੱਲ ਹੀ ਗਏ ਹੋਣੇ ਆ ਪਰ ਇਹਨਾਂ ਨੂੰ ਕਾਦੀਆਂ ਨੂੰ ਯਾਦ ਆ ਕਿਉਂਕਿ ਕਾਦੀਆਂ ਨੂੰ ਤਾਂ ਯਾਦ ਆ ਵੀ ਇਹਨਾਂ ਨੇ ਅਰਦਾਸ ਕਰਨੀ ਹੈ ਝੂਠੀ ਉੱਥੋਂ ਕਾਲ ਤਖ਼ਤ ਸਾਹਿਬ ਦੇ ਉੱਤੇ ਖਲੋ ਕੇ ਜਾ ਕੇ ਗੁਰਦੁਆਰਿਆਂ ਦੇ ਵਿੱਚ ਡਿਊਟੀਆਂ ਲਾਉਣਗੇ ਤੇ ਇਸ ਕਰਕੇ ਆਪਣਾ ਅਰਦਾਸ ਕਰਨਗੇ ਇਹ ਇਹਨਾਂ ਦੀ ਸਿੱਖਾਂ ਦੀਆਂ ਵੋਟਾਂ ਲੈਣ ਵਾਸਤੇ ਕਰ ਰਹੇ ਆ ਜਾਂ ਮਤਲਬ ਇਹ ਗੱਲ ਨੂੰ ਲਾਇਕ ਕਰੋ ਜੀ ਹੁਣ ਮੈਂ ਸੋਚਦਾ ਆ ਵੀ ਇਹਨਾਂ ਨੇ ਸਿੱਖਾਂ ਦੀਆਂ ਵੋਟਾਂ ਨੂੰ ਬਟੋਰਨਾ ਆ ਝੂਠ ਮਾਰ ਕੇ ਲੇਕਿਨ ਜਥੇਦਾਰ ਜੀ ਸਿੱਖ ਵੀ ਹੁਣ ਸਿਆਣੇ ਹੋ ਗਏ ਨੇ ਲੋਕ ਵੀ ਸਿਆਣੇ ਹੋ ਗਏ ਹੁਣ ਤਾਂ ਉਹ ਸਿੱਖ ਸਿਆਣੇ ਉਹਨਾਂ ਚਿਰ ਉਹ ਸਭ ਜਾਣਦੇ ਨੇ ਚਾਲਾਂ ਇੱਕ ਦੂਜੇ ਦੀਆਂ ਹੁਣ ਉਹ ਪਹਿਲੇ ਵਰਗੀ ਮਤਲਬ ਲੋਕ ਨਹੀਂ ਰਹਿ ਗਏ ਮੈਂ ਕਹਿੰਦਾ ਜੀ ਸਿੱਖ ਸਿਆਣੇ ਨਹੀਂ ਹੋਏ ਸਾਡੇ ਤੱਕ ਨਹੀਂ ਸਿਆਣੇ ਹੋਏ 1984 ਵੀ ਲੰਘਿਆ 1947 ਵੀ ਇਹਨਾਂ ਨੇ ਪਿੰਡੇ ਤੇ ਹੰਡਾਇਆ ਸਿੱਖਾਂ ਨੇ ਪਰ ਇਹ ਜ਼ਰੂਰੀ ਨਹੀਂ ਹੈ ਕਿ ਸਿੱਖਾਂ ਦੀਆਂ ਉਹੋ ਹੀ ਭਾਵਨਾ ਉਹੋ ਹੀ ਮੰਗਾਂ ਤੁਰੀਆਂ ਹੀ ਆਉਂਦੀਆਂ ਨੇ ਸਿੱਖ ਨੂੰ ਕੋਈ ਇਨਸਾਫ਼ ਨਹੀਂ ਮਿਲਦਾ ਕੱਲ੍ਹ ਕਿ ਪਰਸੋਂ ਦਿੱਲੀ ਦੇ ਵਿੱਚ ਆਮ ਪਾਰਟੀ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਆਪਣੇ ਐਮ ਐਲ ਏ ਇਕੱਠੇ ਹੋਏ ਸੀ ਸਾਰੇ ਉੱਥੇ ਸਰਸੇ ਦੀ ਸਰਸਾ ਜਿਹੜਾ ਰੌਲਾ ਜ਼ਿਆਦਾ ਪਾਉਂਦਾ ਬੋਲਦਾ ਜ਼ਿਆਦਾ ਪੈਸਾ ਇਹਦੇ ਕੋਲ ਬਹੁਤ ਜ਼ਿਆਦਾ ਆ ਇਹਨੇ ਕਿਤੇ ਗਰੀਬਾਂ ਨੂੰ ਕਿਤੇ ਪੈਸਾ ਵੰਡਿਆ ਆ ਜਾਂ ਕਿਤੇ ਧਰਮੀ ਫੌਜੀ ਦੀ ਕਿਸੇ ਨੇ ਬਾਤ ਪੁੱਛੀ ਆ ਉਹ ਇੱਥੇ ਬਿਮਾਰੀਆਂ ਨਾਲ ਜੂਝ ਰਹੇ ਆ ਹਾਂ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਸ਼੍ਰੋਮਣੀ ਕਮੇਟੀ ਨੂੰ ਕਿ ਸ਼੍ਰੋਮਣੀ ਕਮੇਟੀ ਜੀ ਮਹਾਰਾਜ
ਬੇਨਤੀ ਮੇਰੀ ਇਹ ਆ ਵੀ ਜਿਹੜੇ ਧਰਮੀ ਫੌਜੀ ਇੱਥੇ ਆਣ ਕੇ ਮਰਨ ਦੇ ਆ ਤੇ ਤੁਹਾਡੇ ਵੱਲ ਨੂੰ ਵੇਖਣ ਦੇ ਆ, ਕਿ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਤੁਹਾ ਜਿਹੜਾ 50-50 ਹਜ਼ਾਰ ਰੁਪਇਆ ਲਾਨ ਕੀਤਾ ਇੱਕੋ ਵਾਰੀ ਦਿੱਤਾ ਹੋਇਆ 50-50 ਹਜ਼ਾਰ ਰੁਪਇਆ, ਦੇਖੋ 50 ਹਜ਼ਾਰ ਦੇ ਨਾਲ ਇਹਨਾਂ ਨੇ ਜ਼ਿੰਦਗੀ ਸਾਡੀ ਉਹਦੇ ਨਾਲ ਕੁਰਬਾਨੀ ਤੋਲਤੀ। ਪਰ ਇਹ ਬੇਨਤੀ ਇਹ ਆ ਵੀ ਜੀਂਦਿਆਂ ਦੀ ਤੇ ਅਰਦਾਸ, ਮੈਂ ਤੇ ਕਹਿੰਦਾ ਵੀ ਧਰਮੀ ਫੌਜੀ ਜੀਂਦਿਆਂ ਦੀ ਅਰਦਾਸ ਕਰਨ ਵੀ ਜਿਹਨਾਂ ਨੇ ਇਹਨਾਂ ਨੂੰ ਬਚਾਇਆ, ਨਹੀਂ ਕਿ ਇੰਦਰਾ ਬੀਬੀ ਨੇ ਇਹ ਗੱਲ ਕਹਿਤੀ ਵੀ 35 ਸਾਲ ਤੋਂ ਲੈ ਕੇ 15 ਸਾਲ ਤੱਕ ਵੀ ਸਾਰੇ ਮਾਰ ਦਿਓ, ਪਰ ਜੇ ਆਰਮੀ ਭਗੌੜੀ ਨਾ ਹੁੰਦੀ ਇਹਨਾਂ ਦੇ ਪੱਗਾਂ ਇਹਨਾਂ ਦੀਆਂ ਪੈਰਾਂ ਦੇ ਵਿੱਚ ਰੋਲ ਦੇਣੀਆਂ ਸੀ ਆਰਮੀ ਨੇ। ਔਰ ਆਰਮੀ ਉਹਨਾਂ ਨੇ ਬਾਹਰੋਂ ਮੰਗਾਈ ਸੀ ਜਿਹੜੀ ਕਿ ਮਰੱਟਾ ਜਾਂ ਕੋਈ ਰਾਜਪੂਤ, ਮਤਲਬ ਕਿ ਉਹ ਪੰਜਾਬੀ ਸਮਝਦੇ ਨੀ ਹਾਂ ਜੀ, ਕਹਿਣਾ ਕੀ ਹੈ ਤੇ ਕਹਿਣਾ, ਉਹ ਇੱਕੋ ਹੀ ਗੱਲ ਸਮਝਦੇ ਵੀ ਗੋਲੀ ਚਲਾਉਣੀ ਹੈ ਤੇ ਕਾਤਲ ਦੇ ਉੱਤੇ ਚਲਾਉਣੀ ਹੈ ਜਾਂ ਸਿੱਖ ਕੇ ਨੂੰ ਮਾਰਨਾ ਆ। ਪਿੰਡਾਂ ਦੇ ਵਿੱਚ ਇਹੋ ਗੱਲਾਂ ਸੀਗੀਆਂ। ਆਰਮੀ ਭਗੌੜੀ ਹੋਈ, ਕਿਸਮਤ ਮਾਰੀ ਆਰਮੀ ਦੀ ਜਿਹੜੀ ਕਿ ਇਹਨਾਂ ਦੇ ਪਰਿਵਾਰ ਗੁਰੂ ਮਹਾਰਾਜ ਨੇ ਬਾਜ ਫੇਰਿਆ ਤੇ ਆਰਮੀ ਨੂੰ ਪਤਾ ਨੀ ਕੀ ਹੋ ਗਿਆ। ਹੁਣ ਚਾਹੁੰਦੇ ਕੀ ਹੋ ਤੁਸੀਂ ਜਥੇਦਾਰ ਜੀ, ਸਰਕਾਰ ਦੇ ਕੋਲੋਂ ਔਰ ਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਕੀ ਚਾਹੁੰਦੇ ਹੋ? ਮੈਂ ਇਹ ਗੱਲ ਚਾਹੁੰਦਾ ਆ ਕਿ ਮਰਿਆ ਦੀ ਤਾਂ ਅਰਦਾਸ ਕਰ ਦਿਆ, ਕਿਤੇ ਜੀਂਦਿਆਂ ਦੀ ਵੀ ਅਰਦਾਸ ਕਰਕੇ ਉੱਥੇ ਕਾਤਲ ਨੂੰ ਸੱਦ ਕੇ ਇਹਨਾਂ ਜੀਂਦਿਆਂ ਦੀ ਵੀ ਅਰਦਾਸ ਕਰਨ ਤੇ ਘਰੋ ਘਰੀ ਸੱਦ ਕੇ ਚਿੱਠੀਆਂ ਪਾਉਣ ਤੇ ਆਪਣੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਹੈ ਉਹਨਾਂ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ, ਔਰ ਖਾਸ ਕਰਕੇ ਉਹਨਾਂ ਪਰਿਵਾਰਾਂ ਦੀ ਜਾ ਕੇ ਕਦੇ ਪੁੱਛ ਪੜਤਾਲ ਤਾਂ ਕਰਨ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੀਆਂ ਮਤਲਬ ਨੌਕਰੀਆਂ ਨੂੰ ਲੱਤ ਮਾਰੀ ਔਰ ਆ ਕੇ ਮੋਰਚੇ ਦੇ ਵਿੱਚ ਲੜਨ ਲਈ ਤਿਆਰ ਹੋ ਗਏ, ਲੇਕਿਨ ਅੱਜ ਕੋਈ ਵੀ ਉਹਨਾਂ ਦੀ ਸਾਰ ਨਹੀਂ ਲੈ ਰਿਹਾ। ਉਹ ਕਿੱਦਾਂ ਰਹਿ ਰਹੇ ਨੇ, ਕਿੱਦਾਂ ਨਹੀਂ ਰਹਿ ਰਹੇ, ਲੇਕਿਨ ਜੋ 1984 ਵਿੱਚ ਮਰ ਚੁੱਕੇ ਨੇ ਉਹਨਾਂ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ। ਔਰ ਜੋ ਜਿਉਂਦੇ ਨੇ ਔਰ ਦੁਖੀ ਹੋ ਕੇ ਜਿਵੇਂ ਬਖਸ਼ੀਸ਼ ਸਿੰਘ ਜੀ ਕਹਿ ਰਹੇ ਨੇ ਕਿ ਜਿਉਂਦਿਆਂ ਦੀਆਂ ਵੀ ਅਰਦਾਸਾਂ ਕਰਨੀਆਂ ਚਾਹੀਦੀਆਂ ਨੇ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਬਨ ਪੰਜਾਬੀ ਟੀਵੀ ਦੇ ਨਾਲ। Thank you.